Boomer. ਪੁਰਾਣੀ ਰੰਜਿਸ਼ ਦੇ ਚਲਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਖਿਰਕਾਰ ਹੁਣ ਕਾਬੂ ਆ ਚੁੱਕੇ ਨੇ। ਖ਼ਬਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਸਕਾਰਪੀਓ ਗੱਡੀ ਦੇ ਵਿੱਚ ਸਵਾਰ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ ਸੀ, ਜਦਕਿ ਦੂਸਰਾ ਨੌਜਵਾਨ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਸੀ, ਜੋ ਕਿ ਜ਼ੇਰੇ ਇਲਾਜ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਦੇ ਵਿੱਚ ਪੈਂਦੇ ਸਨੈਕਟਰ ਰੈਸਟੋਰੈਂਟ ਦੇ ਸਾਹਮਣੇ ਨੌਜਵਾਨਾਂ ਦੇ ਵੱਲੋਂ ਆਪਸੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਵਾਰਦਾਤ ਦੇ ਸਮੇਂ ਵਰਤਿਆ 32 ਬੋਰ ਪਿਸਟਲ, ਮੈਗਜ਼ੀਨ, ਜਿੰਦਾ ਰੋਂਦ, ਖੋਲ ਕਾਰਤੂਸ ਅਤੇ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਦੀ ਆਵਾਜ਼ ਦੇ ਲਈ ਭਜਨ ਸਮਾਗ ਦੀ ਰਿਪੋਰਟ। ਮੁਕਤਸਰ ਪੁਲਿਸ ਵੱਲੋਂ ਕੱਲ੍ਹ ਰਾਤੀ 8:30 ਵਜੇ ਕੇ ਆਸ ਪਾਸ ਜੋ ਸਨੈਕਰ ਰੈਸਟੋਰੈਂਟ ਹੈ ਉਸਕੇ ਬਾਹਰ ਹੋਏ ਕਤਲ ਦੇ ਦੋਸ਼ੀ ਨੂੰ ਬੜਾ ਪ੍ਰੋਮਪਟਲੀ ਐਕਸ਼ਨ ਲੇਤੇ ਵਿਦਇਨ 24 ਆਵਰਸ ਅਰੈਸਟ ਕਰ ਲਿਆ ਹੈਗਾ ਦੋਸ਼ੀ ਨੂੰ। ਔਰ ਜੋ ਵਾਰਦਾਤ ਦੇ ਟਾਈਮ ਯੂਜ ਕੀਤਾ ਗਿਆ 32 ਬੋਰ ਪਿਸਟਲ ਸਮੇਤ 2 ਮੈਗਜ਼ੀਨ, 7 ਲਾਈਵ ਕਾਰਟ੍ਰਿਜ, 1 ਖੋਲ ਔਰ ਜੋ ਵਾਰਦਾਤ ਦੇ ਟਾਈਮ ਯੂਜ ਕੀਤੀ ਗਈ ਸਕਾਰਪੀਓ ਅਸੀਂ ਬਰਾਮਦ ਕਰ ਲਈ ਹੈਗੀ। ਜਦੋਂ ਇੰਸੀਡੈਂਟ ਹੈ ਉਸਕੇ ਬਾਅਦ ਮੈਂ ਅਸੀਂ DSP ਮੁਕਤਸਰ, DSP ਗਿੱਦੜਵਾ, ਇੰਚਾਰਜ CIA ਮੁਕਤਸਰ, SHO ਸਿਟੀ ਸਦਰ ਮੁਕਤਸਰ, ਕੋਟਬਾਈ SHO ਔਰ ਜੋ ਸਾਈਬਰ ਸੈੱਲ ਇੰਚਾਰਜ ਹੈ ਹਮਾਰੇ ਸਾਰੋਂ ਕਿ ਅਸੀਂ ਵੱਖ ਵੱਖ ਟੀਮ ਬਣਾਈ ਔਰ ਪੂਰੀ ਰਾਤ ਇਸ ਕੇਸ ਨੂੰ ਟਰੇਸ ਕਰਨ ਮੈਂ ਅਸੀਂ ਮਿਹਨਤ ਕੀਤੀ ਹੈਗੀ। ਪੂਰੇ ਟੈਕਨੀਕਲ ਐਵੀਡੈਂਸ ਕੇ ਵਿਆਪੇ ਅਸੀਂ ਇਸ ਦੋਸ਼ੀ ਨੂੰ ਆਜ ਫੜਨ ਦੇ ਵਿੱਚ ਸਫਲ ਹੋਏ ਹੈਗੇ। ਜੋ ਮੇਨ ਦੋਸ਼ੀ ਹੈਗਾ ਉਹ ਲਵਪ੍ਰੀਤ ਸਿੰਘ ਚਾਹਲ ਹੈਗਾ, ਜਿਸ ਨੂੰ ਅਸੀਂ ਅਰੈਸਟ ਕੀਤਾ ਹੈਗਾ। ਔਰ ਜੋ ਵਾਰਦਾਤ ਦੇ ਟਾਈਮ ਯੂਜ ਕੀਤਾ ਗਿਆ ਪਿਸਟਲ ਹੈਗਾ ਉਹ ਇਸਕਾ ਕਜ਼ਿਨ ਹੈਗਾ ਹਰਪ੍ਰੀਤ ਸਿੰਘ, ਕੋਠੇ ਹਿੰਮਤਪੁਰਾ ਦਾ ਰਹਿਣ ਵਾਲਾ ਹੈਗਾ। ਤੋ ਉਸਕੇ ਖਿਲਾਫ਼ ਉਸਕੇ ਵੈਪਨ ਕੈਂਸਲੇਸ਼ਨ ਕੇ ਲਈ ਔਰ ਜੋ ਵੀ ਲੀਗਲ ਕਾਰਵਾਈ ਬਣਦੀ ਉਸਦੇ ਖਿਲਾਫ਼ ਉਹ ਅਸੀਂ ਇਨੀਸ਼ੀਏਟ ਕੀਤੀ ਹੋਈ ਹੈਗੀ। ਬੇਸਿਕਲੀ ਜੋ ਕੱਲ੍ਹ ਜੋ ਇਨਕਾ ਇੱਕ ਰੈਸਟੋਰੈਂਟ ਕੇ ਬਾਹਰ ਕੁਛ ਪਾਰਕਿੰਗ ਕੋ ਲੈ ਕੇ ਕੁਛ ਮਾਮੂਲੀ ਵਿਵਾਦ ਹੋਇਆ ਸੀ, ਵੈਸੇ ਇਨਕਾ ਪਹਿਲੇ ਵੀ ਕਿਸੇ ਚੀਜ਼ ਕੋ ਲੈ ਕੇ ਦੋਸਤ ਵੀ ਰਹੇ ਹੈ, ਬਾਅਦ ਮੇ ਕੁਛ ਬੁਲਬੁਲਾਰਾ ਵੀ ਆਇਆ ਇਹਨਾਂ ਦਾ। ਬਾਕੀ ਅਸੀਂ ਡਿਟੇਲ ਅਸੀਂ ਵੈਰੀਫਾਈ ਕਰਾਂਗੇ ਕਿ ਇਨਕਾ ਜੋ ਮੇਨ ਰੀਜ਼ਨ ਕੀ ਸੀ ਇਸ ਇੰਸੀਡੈਂਟ ਨੂੰ ਅੰਜਾਮ ਦੇਣ ਦਾ। ਜੈਰੀ ਤੇ ਸੁਮਿਤ ਆਪਸ ਦੇ ਵਿੱਚ ਦੋਸਤ ਰਹੇ। ਦੇਖੋ ਜੀ, PCR ਅਸੀਂ ਤੇ ਕਿਸੇ ਨੂੰ ਸ਼ਾਮੀ ਕਿਸੇ ਨੂੰ ਵਾਕ ਕਰਨ ਸੇ ਮਨਾ ਤਾਂ ਨਹੀਂ ਕਰ ਸਕਦੇ, ਲੇਕਿਨ ਅਸੀਂ ਪੈਟਰੋਲਿੰਗ ਉਸੇ ਬਣਾ ਰਹੇ ਹਾਂ। ਪਹਿਲੇ ਵੀ ਅਸੀਂ PCR ਲੱਗੀ ਹੋਈ ਹੈ, ਕੱਲ ਜੋ ਇੰਜਰਡ ਹੋਇਆ ਸੀ ਉਸਨੂੰ ਵੀ ਸਾਡੀ PCR ਵੱਲੋਂ ਹੀ ਤੁਰੰਤ ਜੋ ਦਾਖਲਾ ਕਰਵਾਇਆ ਗਿਆ ਸੀ ਹਸਪਤਾਲ ਦੇ ਵਿੱਚ। ਤੁਸੀਂ ਪੁਲਿਸ ਕੀ ਕਾਰਗੁਜ਼ਾਰੀ ਵੀ ਦੇਖੋ ਜੀ, ਵਿਦਇਨ 15 ਆਵਰਸ ਮੇਂ ਹੀ ਅਸੀਂ ਜੋ ਮਰਡਰ ਕੇਸ ਕੇ ਦੋਸ਼ੀ ਨੂੰ ਅਸੀਂ ਅਰੈਸਟ ਕੀਤਾ ਹੈਗਾ। ਤੋ ਪੁਲਿਸ ਪੂਰੀ ਰਾਤ ਇਸ ਵਾਰਦਾਤ ਨੂੰ ਅਕਿਊਜ਼ ਨੇ ਫੜਨ ਵਾਸਤੇ ਲੱਗੀ, ਸਾਡੀ ਟੀਮ ਬੈਠੀ ਹੋਈ, ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਇਹਦੇ ਵਿੱਚ।